ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇ ਰਹੇ ਦੇਸੀ ਡੂਲਵਸ। ਮੈਂ ਤੁਹਾਡਾ ਦੋਸਤ ਹੈਪੀ ਅਤੇ ਨਾਲ ਮੇਰੇ ਲਾਡੀ, ਅਤੇ ਅੱਜ ਚੱਲੇ ਅਸੀਂ ਵਾਪਸ ਆਪਣੇ ਵਤਨਾਂ ਨੂੰ। ਇਹ ਵਲੋਗ ਪਾਉਣਾ ਨਹੀਂ ਸੀ, ਅਸੀਂ ਫਿਰ ਵੀ ਪਾ ਰਹੇ ਹਾਂ ਕਿਉਂਕਿ ਉਸ ਤੋਂ ਪਹਿਲੇ ਅਸੀਂ ਕਰਾਉਣੀ ਆ ਮਾਲ ਸਪਾ ਐਂਡ ਮਸਾਜ ਕਰਾਉਣੀ ਆ, ਅਤੇ ਮੈਂ ਸਾਡਾ ਲੱਗਦੀ ਹੈ ਕਿ ਨੇ ਉਬਰ ਆ ਉਹ ਗ੍ਰੈਬ ਆ ਗਈ, ਆਪਾਂ ਫਿਰ ਕਰਦੇ। ਸਾਡਾ ਹੋਟਲ ਫਿਰ ਮਿਲਾਂਗੇ। ਲਾਡੀ ਜੀ, ਕਿਵੇਂ ਲੱਗ ਰਹੀ ਹੈ ਟ੍ਰਿਪ, ਕਿੱਦਾਂ ਰਹੀ ਹੈ ਅੱਜ ਤੱਕ? ਅਮੇਜ਼ਿੰਗ, ਮਤਲਬ ਦੁਬਾਰਾ ਆਏਗਾ ਜ਼ਰੂਰ, ਕਿਉਂ ਨਹੀਂ ਆਊਗਾ, ਇੰਨਾ ਕੁਛ ਤਾਂ ਹੈਗਾ ਉਰੇ, ਹੈ ਨਾ। ਉਹ ਮੇਰੇ ਤੇਰੇ ਭਾਈ ਨੇ ਉਹ ਕਿਆ ਕਿਆ ਕਾਲੇ, ਅਤੇ ਉਹ ਮਤਲਬ ਲੋਕੇਸ਼ਨ ਹੀ ਡਿਫਰੈਂਟ ਜਿਹੀਆਂ ਸੀਗੀਆਂ, ਬਹੁਤ ਸੋਹਣੀਆਂ ਸੋਹਣੀਆਂ, ਅਤੇ ਫਿਰ ਉਹ ਦੇਖ ਲਓ ਯੂਰਪ ਦੇਖ ਲਿਆ ਉਰੇ, ਅਤੇ ਸਾਰਾ ਕੁਛ ਹੀ ਹੈ, ਬਾਕੀ ਕੁਛ ਚੀਜ਼ਾਂ ਦਾ। ਕੀਤੀ ਹੋਈ ਸੀ ਏਅਰਪੋਰਟ ਦੇ ਲਾਗੇ ਆ, ਇੱਥੋਂ 5 ਜਾਂ 10 ਮਿੰਟ ਦੀ ਡਰਾਈਵ ਆ ਏਅਰਪੋਰਟ ਦੀ, ਸੋ ਮੈਂ ਕਿਹਾ ਇਹਨਾਂ ਤੋਂ ਕਰਾ ਲੈਂਦੇ, ਨਾਲੇ ਇਹਨਾਂ ਦੇ ਰਿਵਿਊ ਬਹੁਤ ਵਧੀਆ ਸੀਗੇ, ਚਲੋ ਦੇਖਦੇ ਜਾ ਕੇ ਕੀ ਬਣਦਾ। ਸ਼ੂਜ਼ ਵੇਟ, ਸਾਰੀ ਸ਼ੂਜ਼ ਓਕੇ। ਤੁਹਾਨੂੰ ਆ ਆਉਣਗੇ ਭਾਈ? ਵੈਲਕਮ ਡਰਿੰਕ ਦਿੱਤੀ ਹੈ ਜੋ ਕਿ ਗ੍ਰੀਨ ਟੀ ਲੱਗ ਰਹੀ ਹੈ, ਪਤਾ ਕੁਛ ਪਹਿਲੇ ਖੁਸ਼ਬੂ ਵੀ ਬਹੁਤ ਵਧੀਆ ਆ ਰਹੀ ਹੈ। ਸੋ ਵੀ ਗੋਟ ਇਨ ਬੁਕਿੰਗ ਫਰੋਮ ਕਲੂ ਹਰਪ੍ਰੀਤ।
ਸੋ ਬੈਠੇ ਸੀ ਇੱਥੇ ਵੇਟ ਕਰ ਰਹੇ ਆ ਤੇ ਉਹ ਆ ਰਹੀ ਹੈ ਸਾਡੇ ਕੋਲ It's up to you. Yeah, up to you. We don't pay. ਉਹ ਪੁੱਛ ਰਹੀ ਸੀਗੀ ਮੇਲ ਚਾਹੀਦਾ ਕਿ ਫੀਮੇਲ ਮੈਂ ਕਿਹਾ ਇਟਸ ਅਪ ਟੂ ਯੂ ਕਿ ਜਿਹੜਾ ਕਰਨਾ ਚਾਹੁੰਦੇ ਹੋ ਉਹ ਕਰ ਦਿਓ ਮੈਨੂੰ ਲਾਡੀ ਕਹਿ ਰਹੀ ਕਹਿੰਦੇ ਭਾਅ ਜੀ ਬੰਦੇ ਤਾਂ ਲਵਾਂਗੇ ਕਿਉਂਕਿ ਉਹਨਾਂ 'ਚ ਜਾਣ ਜਾਣ ਹੁੰਦੀ ਮੈਂ ਕਿਹਾ ਇੱਥੇ ਦੀ ਜਨਾਨੀਆਂ ਵੀ ਉਨਾ ਹੀ ਠੋਕ ਕੇ ਕੰਮ ਕਰਦੀਆਂ ਵਾ ਅਤੇ ਉਹ ਵੀ ਪ੍ਰੋਪਰ ਜਾਣ ਹੋਣੀ ਉਹਨਾਂ 'ਚ ਚਲੋ ਦੇਖਦੇ ਹਾਂ ਕਿ ਕੌਣ ਆਉਂਦਾ ਡਰਿੰਕ ਦਿੱਤੀ ਹਰਬਲ ਜੀ ਹੈ ਜੀ ਨਾਈਸ ਆ ਸੋ ਲਾਡੀ ਦੀ ਸਰਵਿਸ ਕਰੂਗੀ ਫੀਮੇਲ ਤੇ ਮੇਰੀ ਕਰੂਗੀ ਮੇਲ ਮੇਲ ਤੋਂ ਹੀ ਕਰਾਵਾਂ ਮੈਂ ਤਾਂ ਵਧੀਆ ਦੋਨਾਂ ਦੀ ਇੱਕੋ ਜਿਹੀ ਹੋਣੀ ਆ ਏਦਾਂ ਦੀ ਨਹੀਂ ਕਰਨੀ ਆ ਕਿਉਂਕਿ ਜਾਣਨੀ ਆ ਚਲੋ ਡਰਿੰਕ ਪੀ ਦੇ ਸਵਾਦ ਆਉਂਦਾ ਪ੍ਰੋਪਰ ਗ੍ਰੀਨ ਟੀ ਦਾ ਓਰੀਜਨਲ ਗ੍ਰੀਨ ਟੀ ਜਿਹੜੀ ਹੁੰਦੀ ਨਾ ਉਹ ਚੀਜ਼ ਆ ਮਤਲਬ ਜਿਹਦਾ ਫਰੈਸ਼ਲੀ ਮੇਡ ਆ ਹੁਣੀ ਬਣਾ ਕੇ ਜਿਹੜਾ ਬੂਟੇ ਦਾ ਤੋੜ ਕੇ ਬਣਾਈ ਹੋਵੇ ਉਹ ਚੀਜ਼ ਆ ਇਹ ਚੀਜ਼ ਆਪਣੀ ਪੈਕਟਾਂ 'ਚ ਨਹੀਂ ਮਿਲਦੀ ਹਾਂ ਹਾਂ ਉਹ ਤਾਂ ਹੈ ਹੀ ਸਾਨੂੰ ਲੈ ਚੱਲੇ ਨੇ ਇੱਦਾਂ ਦੇ ਰੂਮ 'ਚ ਜਿੱਥੇ ਹੁਣ ਸਾਡੀ ਠਾਠਾ ਹੁਣ ਬਾਈ ਆ ਗਿਆ ਇੱਦਾਂ ਦਾ ਬਾਈ ਕਹਿੰਦਾ ਕੁੱਟਣਾ ਬਹੁਤ ਆ ਅੱਜ ਪੈਸੇ ਦੇ ਕੇ ਕੁੱਟ ਖਾਣੀ ਹੈ ਅਸੀਂ ਅੱਜ ਥੈਂਕ ਯੂ ਇੱਕ ਅੱਛੇ ਨੇ ਓ ਮਾਈ ਗੋਡ ਇੱਕ ਅੱਛੇ ਨੇ ਮੈਂ ਸੁਣੂ ਉਹ ਤਾਂ ਦਿਖਾ ਨਹੀਂ ਸਕਦੇ ਉਹ ਬਾਈ ਐਡੇ ਪਤਲੇ ਇਹ ਤਾਂ ਇੱਜ਼ਤ ਰੋੜ ਦੇਣਗੇ ਆਪਣੀ ਕਦੇ ਅਸੀਂ ਨਹੀਂ ਪਾਉਣਾ ਪਹਿਲਾਂ ਦਿਖਾ ਦੇ ਦਿਓ ਕਿੰਨੇ ਪਤਲੇ ਨੇ ਰੁਲ ਗਈ ਇੱਜ਼ਤ ਜਿਬ ਕੱਢਦੇ ਨੇ ਹੁਣ ਥੋੜਾ ਹਲਕਾ ਹਲਕਾ ਫੀਲ ਹੋ ਰਿਹਾ ਪਰ ਬਾਈ ਮਸਟ ਇੱਕ ਵਾਰੀ ਜ਼ਿੰਦਗੀ 'ਚ ਜ਼ਰੂਰ ਕਰਾਇਓ ਜਦੋਂ ਜ਼ਿਆਦਾ ਸਰੀਰ ਦੁਖਦਾ ਮੇਰੇ ਨਾ ਖੱਲੀਆਂ ਪਈਆਂ ਸੀ ਅਤੇ ਐਂ ਲੱਗ ਰਿਹਾ ਕਿ ਹੁਣ ਬਹੁਤ ਘੱਟ ਗਈਆਂ ਚਲੀਏ ਚਲੋ ਮੈਨੂੰ ਵੀ ਬਹੁਤ ਜ਼ਿਆਦਾ ਮਜ਼ਾ ਆਇਆ ਸਿਰੇ ਦੀ ਮਸਾਜ ਕਰਦੇ ਲੋਕ ਚਲੋ ਭਾਅ ਜੀ ਖੋਲੋ ਦਰਵਾਜ਼ਾ ਫਿਰ ਚਲੀ ਭਾਅ ਜੀ ਚੱਕ ਲਿਆ ਕੜੀ ਚੱਕ ਲਈ ਤੁਸੀਂ ਸੋ ਜੀ ਸਪਾ ਕਰਾ ਕੇ ਹੁਣ ਏਅਰਪੋਰਟ 'ਤੇ ਚੱਲੇ ਅਤੇ ਆ ਗਿਆ ਬਾਈ ਆਹ ਸਾਡਾ ਬੰਦਾ ਬਾਰਿਸ਼ ਪੈ ਰਹੀ ਹੈ ਅਤੇ ਹੋ ਜਾਓ ਭਾਅ ਜੀ ਐਂਟਰ ਜਿਹੀ ਜਾਓ
ਜਿੱਦਣ ਦੇ ਹੋਚੀ ਮੀਂਹ ਆਏ ਸੀ ਅੱਜ ਮੀਂਹ ਪਿਆ ਨਾ ਜਾ ਕੇ ਅੱਜ ਮੀਂਹ ਪਿਆ ਜੀ ਨੈਸ਼ਨਲ ਏਅਰਪੋਰਟ ਇੱਥੋਂ ਸਾਡੇ ਮੇਰੇ ਅਤੇ ਲਾਡੀ ਦੇ ਰਾਹ ਅਲੱਗ ਹੋਣੇ ਮਤਲਬ ਚੈੱਕ ਇਨ ਕਰਕੇ ਲਾਡੀ ਨੇ ਚੱਲ ਜਾਣਾ ਇੰਡੀਆ ਅਤੇ ਮੈਂ ਚੱਲ ਜਾਣਾ ਆਸਟ੍ਰੇਲੀਆ ਚਲੋ ਜੀ ਮਾਸਕ ਮੁਸਕ ਲਾ ਲਿਆ ਚਲੀਏ ਅੰਦਰ ਚਲੋ ਜੀ ਲਾਡੀ ਦਾ ਚੈੱਕ ਇਨ ਕਰਾਈਏ ਪਹਿਲੇ ਲਾਡੀ ਦੇ ਹੱਥ ਫਿਰ ਸ਼ੁਰੂ ਹੋ ਗਏ ਅੱਜ ਛੁੱਟਤਾ ਤੈਨੂੰ ਅੱਜ ਨਹੀਂ ਕਹਿੰਦਾ ਕੁਛ ਅਤੇ ਆਹ ਜੀ ਕਾਊਂਟਰ 'ਤੇ ਇਹਦਾ ਜਾਣਾ ਮੈਂ ਦੇਖਣਾ ਹੈ ਜਿਹੜਾ ਉਹ ਨਹੀਂ ਹੈਗਾ ਇੰਡੀਆ ਦਾ ਏਅਰ ਸੁਵਿਧਾ ਚੈੱਕ ਕਰਦੇ ਕਿ ਨਾ ਇੱਥੇ ਕੀਤਾ ਸੀਗਾ ਤੂੰ ਸਿੱਧਾ ਅਲੱਗ ਮੈਂ ਇੱਥੇ ਖੜਾ ਠੀਕ ਆ ਗੱਡੀ ਦੀ ਇੱਥੋਂ ਹੋ ਰਹੀ ਹੈ ਅਤੇ ਮੇਰੀ ਥੋੜ੍ਹੀ ਦੇਰ ਤੱਕ ਸਿੰਗਾਪੁਰ ਏਅਰਲਾਈਨਸ ਦੇ ਕਾਊਂਟਰਾਂ ਤੋਂ ਹੋਣੀ ਹੈ ਜੇ ਕੋਈ ਆਇਆ ਨਹੀਂ ਹੈ ਜਦੋਂ ਆਊਗਾ ਫਿਰ ਉੱਥੋਂ ਹੋਊਗੀ ਲੱਡੀ ਦੀ ਵਾਰੀ ਆ ਗਈ ਹੈ ਉਹ ਕਰਾ ਰਿਹਾ ਚੈੱਕ ਇਨ ਉਹਨੂੰ ਟਿਕਟ ਲਈ ਪੁੱਛਿਆ ਕਿ ਟਿਕਟ ਦਿਖਾਓ ਆਪਣਾ ਕੰਮ ਹੁੰਦਾ ਵੀ ਜਮਾਂ ਸਿੰਪਲ ਇਕੱਲਾ ਪਾਸਪੋਰਟ ਲੈ ਕੇ ਜਾਂਦੇ ਬਾਕੀ ਸਾਰੇ ਡਾਕੂਮੈਂਟ ਹੋਣੇ ਕਾਗਜ਼ਾਂ ਵਾਲਾ ਕੰਮ ਨਹੀਂ ਕਰਦੇ ਜੀ ਆਪਾਂ ਕੀ ਕਿੰਨਾ ਸੀ ਇਹਦਾ ਭਾਰ ਕਿੰਨਾ ਸੀ ਬੈਗ ਦਾ 7 ਕਿਲੋ ਪੂਰਾ ਸਹੀ ਹੈ ਫਿਰ ਹਾਂ ਲੈਪਟਾਪ ਵੀ ਵਿੱਚੇ ਨਾ ਆਹੀ ਚੱਲਦੇ ਠੀਕ ਹੈ ਜੀ ਅਜੇ ਟਾਈਮ ਹੈਗਾ ਤਾਂ ਚਲੋ ਪਿੱਜ਼ਾ ਹੀ ਛੱਡ ਰਹੇ ਮੈਂ ਇਹ ਨਹੀਂ ਖਾਧਾ ਸੀ ਉਰੇ ਦਾ ਬਾਕੀ ਤਾਂ ਸਾਰੀ ਦੁਨੀਆ ਦੇ ਪਿੱਜ਼ੇ ਖਾਧੇ ਹੋਏ ਮੈਂ ਜਿੱਥੇ ਜਿੱਥੇ ਗਿਆ ਅੱਧਾ ਵੈਜੀਟੇਰੀਅਨ ਪਿੱਜ਼ਾ ਮੰਗਵਾਇਆ ਸੀਗਾ ਇਹ ਨਾ ਸਾਰਿਆਂ ਨੂੰ ਥਿੰਨ ਕਰਸਟ ਕਰੋ ਆਈ ਹੇਟ ਥਿੰਨ ਕਰਸਟ ਹੋਰ ਚਿੱਲੀ ਆ ਟਮਾਟੋ ਪਾਉਣੀ ਕਿਹੜੀ ਪਾਉਣੀ ਕਿਹੜੀ ਮਰਜ਼ੀ ਪਾ ਦਿਓ ਭਾਜੀ ਬਸ ਟੇਸਟੀ ਬਣਾ ਦਿਓ ਟੇਸਟੀ ਹੋਣਾ ਸਪਰੇਟ ਦੀ ਬੋਤਲ ਦੇਖੋ ਕਿੱਦਾਂ ਦੀ ਹੈ ਅਜੀਬ ਅਗਰੀਬ ਸੀ ਹੈਗੀ 600 ml ਪਰ ਲੱਗਦੀ ਅਜੀਬ ਜੀ ਆ ਸੋ ਜੀ ਇੰਟਰਨੈਟ ਚੈੱਕਿੰਗ ਦੀ ਲਾਈਨ 'ਚ ਸਭ ਤੋਂ ਪਹਿਲੇ ਨੰਬਰ 'ਤੇ ਮੈਂ ਲੱਗਾ ਫਿਰ ਬਸ ਚੈੱਕਿੰਗ ਕਰਾ ਕੇ ਅਤੇ ਸਕਿਉਰਿਟੀ ਚੈੱਕ ਕਰਾ ਕੇ ਫਿਰ ਗੇਟ 'ਤੇ ਜਾਵਾਂਗੇ ਅਤੇ ਲਾਡੀ ਜੀ ਦੇ ਗੇਟ 'ਤੇ ਪਹਿਲੇ ਜਾਵਾਂਗੇ ਅਤੇ ਲਾਡੀ ਜੀ ਨੂੰ ਅਲਵੀ ਦਾ ਕਵਾਂਗੇ ਲਾਡੀ ਜੀ ਬੋਲਦੇ ਨਹੀਂ ਤੁਸੀਂ ਕੀ ਬੋਲ ਗਈ ਇਟਸ ਟਾਈਮ ਟੂ ਸੇ ਬਾਈ ਇਟਸ ਟਾਈਮ ਟੂ ਸੇ ਬਾਈ ਕਰਤਾ ਭਾਈ ਤੁਸੀਂ ਮੈਂ ਐਕਸ਼ਨ ਤਾਂ ਕਰ ਦਿੰਦੇ ਆ ਲਓ ਭਾਜੀ ਸਾਰੇ ਜਿਹੜੇ ਆਪਣੇ ਫੋਨ ਨੇ ਚੈੱਕ ਇਨ ਆਫਿਸਰ ਉਹ ਆਪਣੀ ਟੀਮ ਚੈੱਕ ਮੈਂ ਕਰ ਰਹੇ ਨੇ ਮਤਲਬ ਆਹ ਸਟੋਰੀ ਉਹਨਾਂ ਨੇ ਲਾ ਸਾਰੇ ਬੋਰਡ ਬਿਜ਼ਨਸ ਕਲਾਸ ਅੱਜ ਹੀ ਜਾਣਾ ਕਹਿੰਦੇ ਅੱਜ ਹੀ ਚਲੋ ਓਕੇ ਚਲੋ ਜੀ ਓਕੇ ਫਿਰ ਭਾਜੀ ਅੱਜ ਕਿਆ ਕਰਨਾ ਲੱਗਾ Thank you.
So we have been waiting over there looking for the room. Let's go. Hello, the boarding bus is available. सो जी आप बैठे हाँ लाडी के गेट पर लाडी का गेट नंबर 18 ठीक है वो लैंडिंग हो रही लाडी इधर का जहाज है मतलब इधर हाँ आ जा इस जाना लाडी ने बस अलविदा कहने का टाइम आया लाडी लाडी जी अलविदा पै वा मैनु कहिंदा यार साउथ कोरिया जाना देखो यार आपां जाण दी इच्छा हैगी भाई तेरा मुंह क्यों नहीं हां हाँ मैं जान की इच्छा तो हैगी बाकी देखो फिर की बनता इच्छा तो है जो तक वीडियो बनी उद तक तू गया होना जा इत बैठा होगा भाई सब मेरे लिए लग गया तो नहीं आ जाए कर चलो फिर ये सा छोटा जहा ब्लॉग उम्मीद है तुम्हें पूरी सीरीज पसंद आई जी भाई मैं एक अनाउंसमेंट कर रहा जो जो वीडियो पोस्ट होगी जो मैं सच्ची साउथ कोरिया गया हो ना मैं एक सोडे चैनल राही एक गिवे करूँगा पक्का खुशी दे विच मेनू कर दी कि इन्हें क्यों देना दर्शकों नु भी भाई ये सारे गवाह होणगे ना इस चीज दे सुनू भी सुनू तो करनी गिब्बे थोड़ी करना सुनू तो अपने तो लागे चल के गल है जे जे तू साउथ कोरिया आया ना तो फिर मैं आऊंगा साउथ कोरिया सारा खर्चा तेरा हां हां इंक्लूडिंग टिकट भाई कैमरे तो रिकॉर्ड है सच्ची गल है इंक्लूडिंग टिकट हां हां चल ठीक है तो एक नाले मैं सारे जिहड़े व्यूअर्स ने है ना अपने ते इन्हां नु भी ओ करूंगा मैं एक कोई गिवे करूंगा आप मैं उन्हों कर मेरे चैनल और जदा वीडियो तो छोटे चैनल ते सारा प्रूफ चलो बस ठीक है फिर वो तो पता लगूगा ओके तो अगली वीडियो वही होगी ओके 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 टेक केयर तो मैं भी बस घंटे तक चल जाना अपने गेट से फिर उतो की आस्ट्रेलिया रवाना होना तो मैं क्या चल कुछ टाइम ये बह जाने ठीक है जी चलो फिर मिलते आप फिर अगली बार किसी होर नवी सीरीज़ मे भी साउथ कोरिया हो गुड नॉट सही